ਬਾਲੀਵੁੱਡ ਸਟਾਰ ਸੋਨੂ ਸੂਦ ਸ਼ੁੱਕਰਵਾਰ ਨੂੰ ਮਹਾਕਾਲ ਦੇ ਦਰਸ਼ਨਾਂ ਦੇ ਲਈ ਉਜੈਨ ਪਹੁੰਚੇ। ਦੱਸਦੇ ਕਿ ਅਭਿਨੇਤਾ ਸੋਨੂ ਸੂਦ ਆਪਣੀ ਆਉਣ ਵਾਲੀ ਫਿਲਮ ਫਤਿਹ ਦੀ ਸਫਲਤਾ ਦੀ ਕਾਮਨਾ ਕਰਨ ਦੇ ਲਈ ਮਹਾਕਾਲ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਪਤਨੀ ਸੋਨਾਲੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਪਾਵਨ ਅਸਥਾਨ ਦੇ ਵਿੱਚ ਬਾਬਾ ਮਹਾਕਾਲ ਦੀ ਉਹਨਾਂ ਦੇ ਵੱਲੋਂ ਪੂਜਾ ਕੀਤੀ ਗਈ। ਉੱਥੇ ਭਾਰਤ ਦੇ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੇ ਅਭਿਨੇਤਾ ਨੇ ਫਿਰ ਤੋਂ ਚਿੰਤਾ ਪ੍ਰਗਟਾਈ ਹੈ। ਸੋਨੂ ਸੂਦ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਲਿਖਿਆ, ਮੇਰਾ ਨੰਬਰ ਉਹੀ ਹੈ, ਮੈਂ ਕੱਲ ਵੀ ਲੋਕਾਂ ਦੇ ਲਈ ਖੜਾ ਸੀ, ਭਵਿੱਖ ਦੇ ਵਿੱਚ ਵੀ ਤਿਆਰ ਰਹਾਂਗਾ। ਇਸ ਦੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਕੋਰੋਨਾ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ। ਦੱਸਦੇ ਕਿ ਅਭਿਨੇਤਾ ਦੇ ਵੱਲੋਂ ਪਹਿਲਾਂ ਵੀ ਕਈ ਲੋਕਾਂ ਦੀ ਮਦਦ ਕੀਤੀ ਗਈ ਹੈ। ਕੋਰੋਨਾ ਕਾਲ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਈ ਲੋਕਾਂ ਦੇ ਘਰ ਰਾਸ਼ਨ ਪਹੁੰਚਾਇਆ ਗਿਆ ਅਤੇ ਜਿਹੜੇ ਲੋਕ ਬਾਹਰੀ ਦੇਸ਼ਾਂ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਰੈਸਕਿਊ ਕਰਕੇ ਭਾਰਤ ਵੀ ਲਿਆਂਦਾ ਗਿਆ ਸੀ। ਉੱਥੇ ਇੱਕ ਵਾਰ ਫਿਰ ਸੋਨੂ ਸੂਦ ਦੇ ਵੱਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਵੀ ਭਵਿੱਖ ਦੇ ਵਿੱਚ ਵੀ ਉਹਨਾਂ ਦੀ ਮਦਦ ਦੇ ਲਈ ਹਮੇਸ਼ਾ ਤਿਆਰ ਰਹਿਣਗੇ। ਬਾਲੀਵੁੱਡ ਸਟਾਰ ਸੋਨੂ ਸੂਦ ਸ਼ੁੱਕਰਵਾਰ ਨੂੰ ਮਹਾਕਾਲ ਦੇ ਦਰਸ਼ਨਾਂ ਦੇ ਲਈ ਉਜੈਨ ਪਹੁੰਚੇ। ਦੱਸਦੇ ਕਿ ਅਭਿਨੇਤਾ ਸੋਨੂ ਸੂਦ ਆਪਣੀ ਆਉਣ ਵਾਲੀ ਫਿਲਮ ਫਤਿਹ ਦੀ ਸਫਲਤਾ ਦੀ ਕਾਮਨਾ ਕਰਨ ਦੇ ਲਈ ਮਹਾਕਾਲ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਪਤਨੀ ਸੋਨਾਲੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਪਾਵਨ ਅਸਥਾਨ ਦੇ ਵਿੱਚ ਬਾਬਾ ਮਹਾਕਾਲ ਦੀ ਉਹਨਾਂ ਦੇ ਵੱਲੋਂ ਪੂਜਾ ਕੀਤੀ ਗਈ। ਉੱਥੇ ਭਾਰਤ ਦੇ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੇ ਅਭਿਨੇਤਾ ਨੇ ਫਿਰ ਤੋਂ ਚਿੰਤਾ ਪ੍ਰਗਟਾਈ ਹੈ। ਸੋਨੂ ਸੂਦ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਲਿਖਿਆ, ਮੇਰਾ ਨੰਬਰ ਉਹੀ ਹੈ, ਮੈਂ ਕੱਲ ਵੀ ਲੋਕਾਂ ਦੇ ਲਈ ਖੜਾ ਸੀ, ਭਵਿੱਖ ਦੇ ਵਿੱਚ ਵੀ ਤਿਆਰ ਰਹਾਂਗਾ। ਇਸ ਦੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਕੋਰੋਨਾ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ। ਦੱਸਦੇ ਕਿ ਅਭਿਨੇਤਾ ਦੇ ਵੱਲੋਂ ਪਹਿਲਾਂ ਵੀ ਕਈ ਲੋਕਾਂ ਦੀ ਮਦਦ ਕੀਤੀ ਗਈ ਹੈ। ਕੋਰੋਨਾ ਕਾਲ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਈ ਲੋਕਾਂ ਦੇ ਘਰ ਰਾਸ਼ਨ ਪਹੁੰਚਾਇਆ ਗਿਆ ਅਤੇ ਜਿਹੜੇ ਲੋਕ ਬਾਹਰੀ ਦੇਸ਼ਾਂ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਰੈਸਕਿਊ ਕਰਕੇ ਭਾਰਤ ਵੀ ਲਿਆਂਦਾ ਗਿਆ ਸੀ। ਉੱਥੇ ਇੱਕ ਵਾਰ ਫਿਰ ਸੋਨੂ ਸੂਦ ਦੇ ਵੱਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਵੀ ਭਵਿੱਖ ਦੇ ਵਿੱਚ ਵੀ ਉਹਨਾਂ ਦੀ ਮਦਦ ਦੇ ਲਈ ਹਮੇਸ਼ਾ ਤਿਆਰ ਰਹਿਣਗੇ। ਬਾਲੀਵੁੱਡ ਸਟਾਰ ਸੋਨੂ ਸੂਦ ਸ਼ੁੱਕਰਵਾਰ ਨੂੰ ਮਹਾਕਾਲ ਦੇ ਦਰਸ਼ਨਾਂ ਦੇ ਲਈ ਉਜੈਨ ਪਹੁੰਚੇ। ਦੱਸਦੇ ਕਿ ਅਭਿਨੇਤਾ ਸੋਨੂ ਸੂਦ ਆਪਣੀ ਆਉਣ ਵਾਲੀ ਫਿਲਮ ਫਤਿਹ ਦੀ ਸਫਲਤਾ ਦੀ ਕਾਮਨਾ ਕਰਨ ਦੇ ਲਈ ਮਹਾਕਾਲ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਪਤਨੀ ਸੋਨਾਲੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਪਾਵਨ ਅਸਥਾਨ ਦੇ ਵਿੱਚ ਬਾਬਾ ਮਹਾਕਾਲ ਦੀ ਉਹਨਾਂ ਦੇ ਵੱਲੋਂ ਪੂਜਾ ਕੀਤੀ ਗਈ। ਉੱਥੇ ਭਾਰਤ ਦੇ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੇ ਅਭਿਨੇਤਾ ਨੇ ਫਿਰ ਤੋਂ ਚਿੰਤਾ ਪ੍ਰਗਟਾਈ ਹੈ। ਸੋਨੂ ਸੂਦ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਲਿਖਿਆ, ਮੇਰਾ ਨੰਬਰ ਉਹੀ ਹੈ, ਮੈਂ ਕੱਲ ਵੀ ਲੋਕਾਂ ਦੇ ਲਈ ਖੜਾ ਸੀ, ਭਵਿੱਖ ਦੇ ਵਿੱਚ ਵੀ ਤਿਆਰ ਰਹਾਂਗਾ। ਇਸ ਦੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਕੋਰੋਨਾ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ। ਦੱਸਦੇ ਕਿ ਅਭਿਨੇਤਾ ਦੇ ਵੱਲੋਂ ਪਹਿਲਾਂ ਵੀ ਕਈ ਲੋਕਾਂ ਦੀ ਮਦਦ ਕੀਤੀ ਗਈ ਹੈ। ਕੋਰੋਨਾ ਕਾਲ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਈ ਲੋਕਾਂ ਦੇ ਘਰ ਰਾਸ਼ਨ ਪਹੁੰਚਾਇਆ ਗਿਆ ਅਤੇ ਜਿਹੜੇ ਲੋਕ ਬਾਹਰੀ ਦੇਸ਼ਾਂ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਰੈਸਕਿਊ ਕਰਕੇ ਭਾਰਤ ਵੀ ਲਿਆਂਦਾ ਗਿਆ ਸੀ। ਉੱਥੇ ਇੱਕ ਵਾਰ ਫਿਰ ਸੋਨੂ ਸੂਦ ਦੇ ਵੱਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਵੀ ਭਵਿੱਖ ਦੇ ਵਿੱਚ ਵੀ ਉਹਨਾਂ ਦੀ ਮਦਦ ਦੇ ਲਈ ਹਮੇਸ਼ਾ ਤਿਆਰ ਰਹਿਣਗੇ।